ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਾਕਟਰ ਹਰਚਰਨ ਸਿੰਘ ਬਾਰੇ ਵਿਸਥਾਰ ਸਹਿਤ ਪੜਾਂਗੇ ਡਾਕਟਰ ਹਰਚਰਨ ਸਿੰਘ ਪੰਜਾਬੀ ਨਾਟਕਕਾਰ ਸਨ ਤੇ ਨਾਟਕ ਜਗਤ ਦੇ ਬਾਬਾ ਬੋੜ ਮੰਨੇ ਜਾਂਦੇ ਆ ਉਹ ਜਨਮ ਹੋਇਆ ਉਹਨਾਂ ਦਾ 10 ਦਸੰਬਰ 1914 ਨੂੰ ਤੇ ਸਵਰਗਵਾਸ ਹੋਏ ਉਹ 4 ਦਸੰਬਰ 2006 ਜਨਮ ਸਥਾਨ ਦੇਖੋ ਉਹਨਾਂ ਦਾ ਚੱਕ ਨੰਬਰ 570 ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਆ ਜੋ ਅੱਜਕੱਲ ਕੀਤਾ ਸੀਗਾ ਉਹਨਾਂ ਦਾ ਦੇਖੋ ਆਲੋਚਕ, ਨਾਟਕਕਾਰ, ਸੰਪਾਦਕ ਤੇ ਨਾਟਕ ਨਿਰਦੇਸ਼ਕ ਮਾਤਾ-ਪਿਤਾ ਦਾ ਨਾਂ ਦੇਖੋ ਸ਼੍ਰੀਮਤੀ ਰੱਖੀ ਕੌਰ ਮਾਤਾ ਦਾ ਨਾਂ ਤੇ ਸਰਦਾਰ ਕਿਰਪਾ ਸਿੰਘ ਉਹਨਾਂ ਦੇ ਪਿਤਾ ਦਾ ਨਾਂ ਸੀ। ਅਹਿਮ ਅਹੁਦੇ ਜਿਹੜੇ ਉਹਨਾਂ ਨੇ ਪ੍ਰਾਪਤ ਕੀਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਹੇ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਪੰਜਾਬ ਕਲਾ ਕੇਂਦਰ ਚੰਡੀਗੜ੍ਹ ਦੇ ਸਰਪ੍ਰਸਤ ਤੇ ਪੰਜਾਬ ਕਲਾ ਪ੍ਰਸ਼ਾਸਨ ਚੰਡੀਗੜ੍ਹ ਦੇ ਚੇਅਰਮੈਨ ਡਾਕਟਰ ਹਰਚਰਨ ਸਿੰਘ ਨੇ 1947 ਤੱਕ ਖਾਲਸਾ ਕਾਲਜ ਫਾਰ ਔਮਨ ਲਾਹੌਰ ਦੇ ਵਿੱਚ ਪੜਾਇਆ ਤੇ 1947 ਦੇ ਵਿੱਚ ਦਿੱਲੀ ਆ ਕੇ ਫਿਰ ਉਹਨਾਂ ਨੇ ਆਪਣਾ ਕਾਲਜ ਖੋਲ੍ਹਿਆ ਸਨਮਾਨ ਮਿਲੇ ਜਿਹੜੇ ਜਿਹੜੇ ਉਹਨਾਂ ਨੂੰ ਦੇਖੋ ਪੰਜਾਬ ਸਮੀਖਿਆ ਬੋਰਡ ਨਵੀਂ ਦਿੱਲੀ ਵੱਲੋਂ ਸਨਮਾਨ ਮਿਲਿਆ 1962 ਦੇ ਵਿੱਚ ਤੇ ਪੰਜਾਬੀ ਸਾਹਿਤ ਸਦਨ ਚੰਡੀਗੜ੍ਹ ਵੱਲੋਂ ਰੋਲ ਆਫ ਆਨਰ ਕੱਲ ਅਜਤੇ ਭਲਕ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨੂੰ 73 ਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼੍ਰੋਮਣੀ ਸਨਮਾਨ ਮਿਲਿਆ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿਪ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਯਾਪਾ ਕੈਨੇਡਾ ਇੰਡੋ ਕੈਨੇਡੀਅਨ ਐਸੋਸੀਏਸ਼ਨ ਵੈਨਕੂਵਰ ਵੱਲੋਂ ਸਨਮਾਨ ਪੰਜਾਬੀ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸਨਮਾਨ ਮਿਲਿਆ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਵ ਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਮਿਲਿਆ ਇਹਨਾਂ ਨੂੰ ਰਚਨਾਵਾਂ ਦੇਖੋ ਇਹਨਾਂ ਦੀਆਂ ਨਾਟਕ ਪਹਿਲਾਂ ਤਾਂ ਕਮਲਾ ਕੁਮਾਰੀ 1937 ਦੇ ਵਿੱਚ ਪ੍ਰਕਾਸ਼ਿਤ ਹੋਇਆ ਰਾਜਾ ਪੋਰਸ 1939 ਖੇਡਣ ਦੇ ਦਿਨ 4 ਦੂਰ ਦਰਾਡੇ ਸ਼ਹਿਰੋਂ ਅੰਜੋੜ ਪੁੰਨਿਆ ਦਾ ਚੰਨ ਰੱਤਾ ਸਾਲੂ ਸ਼ੋਭਾ ਸ਼ਕਤੀ ਕਾਂਚਨ ਮਾਟੀ ਇਤਿਹਾਸ ਜਵਾਬ ਮੰਗਦਾ ਹੈ ਕੱਲ ਅੱਜ ਤੇ ਭਲਕ ਹਿੰਦ ਦੀ ਚਾਦਰ ਮਿੱਟੀ ਤੋਂ ਦਜਗ ਚਾਨਣ ਹੋਇਆ ਅੰਬਰ ਤਾਰਾ ਹਕੀਕਤ ਰਾਏ ਮਸੀਹਾ ਸੂਲੀ ਤੇ ਮੁਸਕਰਾਇਆ ਰਾਣੀ ਜਿੰਦਾ ਕਾਮਾਂਗਾਟਾ ਮਾਰੂ ਅੰਬਰ ਕਾਲਾ ਅੱਗ ਬੁਝਾਓ ਸ਼ੁਭ ਕਰਮਨ ਤੇ ਕਬ ਹੋਣਾ ਡਰੋਂ ਮਿੱਟੀ ਪੁੱਛੇ কুমਹਾਰ ਤੋਂ ਇਹ ਸੀਗੇ ਉਹਨਾਂ ਦੇ ਨਾਟਕ ਤੇ ਇਕਾਂਗੀ ਦੇਖੋ ਜੀਵਨ ਲੀਲਾ ਸਤਿ ਰਿਸ਼ੀ ਪੰਜ ਗੀਟੜਾ ਪੰਜ ਪ੍ਰਧਾਨ ਮੁੜ ਕੇ ਦੀ ਖੁਸ਼ਬੋ ਚਮਕੌਰ ਦੀ ਗੜੀ ਮੇਰੇ ਚੌਨਵੇਂ ਇਕਾਂਗੀ ਸੰਗ੍ਰਹਿ ਜ਼ਫਰਨਾਮਾ ਅੱਗੇ ਆਗੇ ਇਹਨਾਂ ਦੇ ਕਹਾਣੀ ਸੰਗ੍ਰਹਿ ਦੋ ਆ ਦੇਖੋ ਸਿੱਪੀਆਂ ਚੋਂ ਤੇ ਨਵੀਂ ਸਵੇਰ ਦੇਖੋ ਇਹ ਡਾਕਟਰ ਹਰਚਰਨ ਸਿੰਘ ਬਾਰੇ ਪੂਰੀ ਪੂਰੀ ਜਾਣਕਾਰੀ ਤੇ ਉਹਨਾਂ ਦੇ ਨਾਟਕ ਇਕਾਂਗੀ ਤੇ ਕਹਾਣੀ ਸੰਗ੍ਰਹਿਾਂ ਬਾਰੇ ਚੰਗੀ ਤਰ੍ਹਾਂ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਕੋਲੇ ਵੀ ਪਹੁੰਚ ਸਕੇ